ਅਸਲਾਮ ਵਾਲੇਕਮ, ਵੈਲਕਮ ਬੈਕ ਅਨਦਰ ਵਲੌਗ। ਮਿਸ ਕਰਨ ਤੁਸੀਂ ਠੀਕ ਹੋਵੋਗੇ, ਅਸੀਂ ਬਿਲਕੁਲ ਠੀਕ ਠਾਕ ਹਾਂ। ਲਓ ਜੀ ਭਾਈ, ਅੱਜ ਤੁਹਾਡੇ ਭਰਾ ਜਾ ਰਹੇ ਨੇ ਸਾਰੇ ਮੈਚ ਖੇਡਣ। ਆਹ ਵੇਖੋ, ਇਹ ਨਿੱਕੇ ਨਿੱਕੇ ਗੋਲੂ ਮੋਲੂ ਨਾਲ ਚੱਕ ਲੈਣੇ ਆਪਾਂ। ਇੱਧਰ ਸਲਾਨ ਸਾਹਿਬ ਵੀ ਆਏ ਨੇ, ਕਿਵੇਂ ਬੈਠੇ ਸੋਚ ਰਹੇ? ਸੋਚ ਰਹੇ ਉੱਥੇ ਜਾ ਕਰਨਾ ਵੈਸੇ ਕੀ ਹੋਊਗਾ, ਤੁਸੀਂ ਉੱਥੇ ਜਾ ਕੇ ਵਿਹਲੇ ਗੱਪ ਸ਼ੱਪ ਕਰਨੀ ਹੈ। ਦੁੱਲਾ ਤੂੰ ਨਾਲ ਤਾਂ ਲੈ ਕੇ ਆਉਂਦਾ ਵਾ, ਅੱਧੇ ਬੰਦੇ ਗਿਆ ਚੱਲਣੇ ਅਤੇ ਅਸੀਂ ਇੱਥੇ ਖੜੇ ਹਾਂ ਪਿੱਛੇ, ਕਿਉਂਕਿ ਦੋ ਤਿੰਨ ਹੋਰ ਮੁੰਡੇ ਆ ਰਹੇ ਹਨ ਅਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ। ਅਤੇ ਅੱਜ ਜਾ ਕੇ ਉੱਥੇ ਵੇਖਦੇ ਹਾਂ ਭਾਈ ਕੀ ਪ੍ਰੋਗਰਾਮ ਹੈ। ਉੱਥੇ ਹੈ ਕੀ? ਉੱਥੇ ਟਰਾਫੀ ਲੱਗੀ ਕੀ ਹੈ ਵਿਹਲੇ ਜੀ? ਟਰਾਫੀ ਲੱਗੀ ਹੈ। ਆਹ ਭਾਈ ਸਾਡਾ ਫਾਰਵਰਡ ਹੈ, ਆਹ ਟੱਕਣ, ਇਹਨੂੰ ਟੱਕਣ ਟੱਕਣ ਆ ਦੇ ਨੇ, ਹੈ ਇਹਨੂੰ ਟੱਕਣ ਕਾ ਤੋਂ ਆ ਦੇ ਨੇ ਹੈ ਕਿ ਗੂਠਾ ਨਹੀਂ ਹੈ ਉਹ? ਚਾਹੇ ਤਾਂ ਗੂਠਾ ਨਹੀਂ ਹੈ, ਦਹਾ ਯਾਰ ਚਾਹ ਦਹਾ ਦੇ ਹੈਂ, ਉਹ ਸ਼ਰਮਾ ਰਿਹਾ ਹੁੰਦਾ। ਚਾਹੇ ਤਾਂ ਗੂਠਾ ਨਹੀਂ ਆਇਆ ਤੈਨੂੰ ਟੱਕਣ ਟੱਕਣ ਆਉਂਦੇ ਨੇ, ਹੈ ਤੂੰ ਵੀ ਆਉਣਾ ਟੱਕਣ ਉਹਨੂੰ ਆਲਾ ਸਾਹ ਲਓ, ਇਹਦਾ ਦੋਸਤ ਹੈ ਤੈਨੂੰ ਟੱਕਣ ਆਉਂਦਾ ਵਾ। ਚਲੋ ਚਲੋ ਆਪਾਂ ਚੱਲਦੇ ਹਾਂ ਗਰਾਊਂਡ 'ਚ। ਮੈਂ ਸੋਚਿਆ ਯਾਰ ਭਰਾਵਾਂ ਨੂੰ ਨਾਲ ਦੀ ਨਾਲ ਨਾ ਪਿੰਡ ਦਾ ਮਾਹੌਲ ਵੀ ਦਿਖਾਉਂਦੇ ਜਾਈਏ। ਇਹ ਚੈੱਕ ਕਰੋ, ਇਹ ਨਜ਼ਾਰਾ ਹੈ ਸਾਡੇ ਪਿੰਡ ਦਾ, ਇਹ ਦੇਖੋ ਗਿਆ। ਭਾਈ ਮੁੰਡਾ ਇਹ ਬੜਾ ਭਾਈਦਾ, ਇਹ ਤੁਹਾਨੂੰ ਦੱਸਦਾ ਉਹ ਉਹਦਾ ਭਰਾ ਆ ਗਿਆ ਫੁੱਟਬਾਲ ਲੈ ਕੇ। ਨਹੀਂ ਤੁਸੀਂ ਆਂਦਾ ਹੀ ਖੇਡਣ ਲੱਗ ਪਏ, ਤੁਸੀਂ ਬਾਅਦ ਚ ਕੀ ਖੇਡਣਾ? ਆਹ ਮੇਰੇ ਕਹਿੰਦਾ ਵਰਦੀਆਂ ਲੈ ਆਉਂਦੀਆਂ ਵਾ, ਜਰਾਬਾਂ ਲੈ ਕੇ ਆਉਂਦੀਆਂ ਇਹ? ਅੱਛਾ ਪਾਓ ਮਾਮਾ ਖਿਲਾਰੋ ਵਰਦੀਆਂ ਨੂੰ। ਉਹ ਆਉਂਦਾ ਪਿਆ ਰਾਹ ਚ, ਇਹਨੂੰ ਖਿਲਾਰ ਵਰਦੀਆਂ ਨੂੰ ਹੈ। ਚਲੋ ਘਰੇ ਇਹ ਕੱਢ ਦੇਣੇ ਵਰਦੀਆਂ, ਖੋਲੋ ਯਾਰ ਵਰਦੀਆਂ, ਉੱਧਰ ਹੋ ਕੇ ਖੋਲੋ ਮਾਮਾ ਵਰਦੀਆਂ ਖਿਲਾਰੋ। ਹਾਂ ਖਿਲਾਰ ਦੇ ਨੀ ਪੈ ਜਾਓ, ਉਵੇਂ ਖੜੇ ਜੇ ਮੇਰੇ ਮੂਹਰਾਂ ਵੇਖੀਆਂ ਦੇ। ਇਹ ਕੀ ਚਿੱਟੀਆਂ ਲੈ ਕੇ ਆਉਂਦੀਆਂ ਏ ਹੈ? ਚਿੱਟੀਆਂ ਲੈ ਕੇ ਆਉਂਦੀਆਂ ਵਰਦੀਆਂ, ਲਿਬੜੀ ਪਈ ਹੈ ਸਾਰੀ। ਚੱਲ ਵਿਛਾ ਵਿਛਾ, ਚੱਲ ਭਾਈ ਵਰਦੀਆਂ ਅਸੀਂ ਵਿਛਾ ਲਈਏ ਫਿਰ। ਕੀ ਭਾਈ ਸ਼ਰਟਾਂ ਆਵੇ ਰੱਖਤੀਆਂ ਭਰਾਵਾਂ ਨੇ ਸਾਰਿਆਂ ਨੇ ਰਲ ਕੇ, ਆ ਦੇਖੋ। ਅਤੇ ਇਹਨਾਂ ਉੱਤੇ ਧਿਆਨ ਰੱਖਣ ਲੱਗਿਆਂ ਕੱਛੇ ਕੱਛੇ ਰੱਖੋ ਯਾਰ, ਸਾਰੇ ਭਰਾ ਕੇ ਜਿਹੜਾ ਜਿਹੜਾ ਰਲਦਾ ਵਾ। ਲਿਬੜੀਆਂ ਨੇ ਨਾ, ਅਸੀਂ ਕਦੀ ਆਪ ਧੋਤੀਆਂ ਨਾ ਕਦੇ ਸ਼ਰਟਾਂ ਧੋਤੀਆਂ ਵਾ, ਇਵੇਂ ਗੱਲ ਕਿ ਨਹੀਂ? ਹਾਂ ਚੱਕੋ ਚੱਕੋ ਚੱਕੋ, ਰੱਖਦੇ ਰੱਖਦੇ ਰੱਖਦੇ, ਸਾਰੀਆਂ ਉੱਤੇ ਰੱਖੀਆਂ ਅਸੀਂ, ਰਲ ਲਈਏ ਸਾਰਿਆਂ ਉੱਤੇ ਇੱਕ ਇੱਕ ਕਰਕੇ ਕੱਛਾ ਹੈਂ। ਇਹ ਹਮਾਰੀ ਟੀਮ ਕਾ? ਅੱਛਾ ਇਹ ਹਮਾਰੀ ਟੀਮ ਕਾ। ਸੋਲਾਂ ਨੰਬਰ ਰੱਖ ਯਾਰ ਉੱਤੇ, ਸੋਲਾਂ ਨੰਬਰ ਕਿੱਥੇ ਆ? ਆਹ ਸੋਲਾਂ ਨੰਬਰ ਆ ਗਿਆ, ਕਿੰਨੇ ਨੰਬਰ ਹੈ? 10 ਨੰਬਰ, ਆ 10 ਨੰਬਰ ਦੇ ਉੱਤੇ ਰੱਖ, ਅਸੀਂ ਇਸੇ ਤਰ੍ਹਾਂ ਹੀ ਨਾ 13 ਦੇ ਉੱਤੇ ਰੱਖ, ਉਹ 13 ਉੱਤੇ ਅਸੀਂ ਹੁਣ ਇਸੇ ਤਰ੍ਹਾਂ ਹੀ ਨਾ ਸਾਰੇ ਕੱਛੇ ਕਾਢ ਕੁੱਢ ਕੇ ਤੇ ਨਾ ਉੱਤੇ ਰੱਖਨੇ ਆ। ਅੱਛਾ ਵੀ ਭਾਈ ਵਾਲੀ ਟੀਮ ਦੁਆ ਕਰਨ ਦੀ ਪਈ ਹੈ ਤੇ ਉਹ ਦੂਸਰੀ ਟੀਮ ਹੈ ਤੇ ਉਹ ਵੀ ਆਪਦੇ ਹਾਣੀ ਸੈਟਲ ਮੈਟਲ ਕਰ ਰਹੇ ਨੇ ਤੇ ਦੁਆ ਕਰਕੇ ਇਹਨਾਂ ਨੇ ਆਪਦੀ ਟੀਮ ਦੇ ਹਾਣੀ ਖਿਲਾਰਨੇ ਨੇ, ਫਿਰ ਗੇਮ ਸ਼ੁਰੂ ਹੋਣੀ ਹੈ ਤੇ ਅਸੀਂ ਬਾਹਰ ਬਹਿ ਕੇ ਮੈਚ ਵੇਖਦੇ ਹਾਂ ਤੇ ਚਲੋ ਜੀ ਅਸੀਂ ਤੁਹਾਨੂੰ ਵਿਖਾਵਾਂਗੇ ਹੁਣ ਮੈਚ।
ਮੈਚ ਦੋਵਾਂ ਪਾਸੇ ਵੇਖਣ ਵਾਲਾ ਉਸਤਾਦ ਜੀ ਅਤੇ ਉਹਦੇ ਸੱਟ ਲੱਗ ਗਈ ਇਹ ਫੌਜੀ ਸਾਹਿਬ ਨੇ ਸ਼ੂਟ ਮਾਰੀ ਉਹ ਗਈ ਇਹ ਸ਼ੇਬੀ ਭਾਈ ਦੇ ਕੋਲ ਬਾਲ ਗਈ ਚਲੀ ਸ਼ੇਬੀ ਭਾਈ ਨੇ ਲਗਾਈ ਸ਼ੋਟ ਬਹੁਤ ਚੈੱਕ ਕਰ ਭਾਈ ਪਹਿਲੇ ਬਹੁਤ ਚੈੱਕ ਕਰ ਲਾ ਆਊਟ ਦੁਬਾਰਾ ਤੁਰ ਫਿਰ ਕੇ ਖਿਲਾ ਕੁਛ ਵੀ ਨਹੀਂ ਕੁਛ ਵੀ ਨਹੀਂ ਆਪੇ ਡਿੱਗ ਗਿਆ ਅੱਗੇ
ਲੋ ਜੀ ਭਾਈ ਮੈਚ ਖਤਮ ਹੋ ਗਿਆ ਵਾ ਤੇ ਵਿਨ ਕਰ ਲਿਆ ਆਪਾਂ ਤੇ ਬੰਦੇ ਵਾਹਵਾ ਹੋ ਗਏ ਸੀ ਇਕੱਠੇ ਤੇ ਆ ਇੱਕ ਛੋਟਾ ਬੱਚਾ ਸਾਡੇ ਨਾਲ ਆਇਆ ਸੀ ਤੇ ਆਹ ਸਾਰੇ ਹੁੰਦੇ ਆਹ ਦੋਵੇਂ ਤਿੰਨੇ ਭਰਾ ਸੀ ਤੇ ਚਲੀਏ ਹੁਣ ਘਰਾਂ ਨੂੰ ਕਿਉਂਕਿ ਟਾਈਮ ਵਾਹਵਾ ਹੋ ਗਿਆ ਦੇਖੋ ਹਨੇਰਾ ਹੋ ਗਿਆ ਵਾ ਹਨੇਰਾ ਹੋ ਗਿਆ ਵਾ ਤੇ ਚਲੀਏ ਘਰੇ ਆਹੋ ਤੇ ਚਲੀਏ ਘਰੇ ਆ ਕੇ ਤੁਹਾਨੂੰ ਮਿਲਣੇ ਹੁਣ ਲੋ ਜੀ ਭਾਈ ਫੈਨਲੀ ਫੈਨਲੀ ਅਸੀਂ ਪਹੁੰਚੇ ਆ ਘਰੇ ਤੇ ਆਪਾਂ ਉਹਦੀ ਮੋਟਰਸਾਈਕਲ ਵੰਡ ਖਾ ਕੇ ਕੱਢ ਦਿੱਤੀ ਹੈ ਖੜੀ ਵੇਖੋ ਤੇ ਉੱਥੇ ਬਹੁਤ ਮਜ਼ਾ ਆਇਆ ਸਾਨੂੰ ਖੇਡਣ ਦਾ ਇਹ ਮੈਚ ਲੱਗਿਆ ਸੀ ਤੇ ਉਹ ਅਸੀਂ ਜਿੱਤ ਗਿਆ ਸੀ ਤੇ ਆਇਆ ਰਸਤੇ 'ਚ ਕਾਫੀ ਮੱਛਰੀ ਵੀ ਪਈ ਤੇ ਲਿਬੜ ਵੀ ਗਏ ਵਾ ਇਹ ਦੇਖੋ ਤੇ ਭੁੱਖ ਬਹੁਤ ਲੱਗੀ ਹੈ ਆਪਾਂ ਚਲੀਏ ਜਾ ਕੇ ਦੇਖੀਏ ਕੋਈ ਸ਼ਹਿਰ ਸ਼ੂ ਪਈ ਖਾਣ ਵਾਸਤੇ ਤਾਂ ਕਿਉਂਕਿ ਜੇ ਕੋਈ ਸ਼ਹਿਰ ਨਾ ਖਾਧੀ ਤਾਂ ਉਵੇਂ ਡੇ ਪੈਣਾ ਆਪਾਂ ਇੱਥੇ ਚਲੀਏ ਆਪਾਂ ਫਿਰ ਵੇਖਦੇ ਹਾਂ ਮਾਈ ਨੇ ਕੀ ਬਣਾਇਆ ਵਾ ਆ ਕੀ ਆਹ ਤਾਂ ਬਣਾਏ ਨੇ ਦਾਲ ਅਤੇ ਕਰੇਲੇ ਲਓ ਚਲੋ ਗੁਜ਼ਾਰਾ ਕਰਨਾ ਪੈਣਾ ਫਰਿੱਜ 'ਚ ਵੇਖ ਲਈਏ ਫਰੂਟ ਪਿਆ ਕੋਈ ਕਿ ਨਹੀਂ ਆਉਂਦਾ ਕੇਲੇ ਪਏ ਨੇ ਆਹ ਕੀ ਪਿਆ ਹੈ ਆਹ ਦਵਾਣਾ ਪਿਆ ਖਰਬੂਜ਼ਾ ਪਿਆ ਕਿ ਬਾਅਦ 'ਚ ਖਾਵਾਂਗੇ ਰਾਤ ਨੂੰ ਅੱਜ ਤਾਂ ਫਿਰ ਲਾਲ ਕਰਨਾ ਪੈਣਾ ਗੁਜ਼ਾਰਾ ਇਹਦੇ ਨਾਲ ਦਾਲ ਕਰੇਲਿਆਂ ਨਾਲ ਅਤੇ ਓਕੇ ਹੋ ਗਿਆ ਭਾਈ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਲੱਗੀ ਹੈ ਅੱਛੀ ਅਤੇ ਚੰਗੀ ਤਾਂ ਉਹਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਓਕੇ ਹੋ ਗਿਆ ਅੱਲਾ ਹਾਫਿਜ਼ ਮਿਲਤੇ ਹੈ ਨੈਕਸਟ ਵਲੋਗ ਮੇਂ।